ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਨੇ ਸਭ ਦੇ? ਸਾਰੇ ਜਣੇ ਠੀਕ ਹੋਣਗੇ। ਅੱਜ ਵੀ ਕੋਈ ਆਪਣੇ ਕੋਲ ਉਹ ਤਾਂ ਹੈ ਨਹੀਂ ਸੀਗਾ, ਕੰਟੈਂਟ ਕਹਿ ਦਿੰਦੇ ਜਿਹਨੂੰ, ਵੀ ਵੀਡੀਓ ਬਣਾਉਣ ਦਾ ਕਿ ਹਾਂ ਵੀ ਕਿਸ ਬੇਸ 'ਤੇ ਵੀਡੀਓ ਬਣਾਈ ਹੈ ਨਾ, ਕਿ ਉਹੀ ਨੋਰਮਲ ਕੰਮ ਚੱਲ ਰਿਹਾ ਵਾ ਕਿ ਪਨੀਰੀ ਬੀਜੀ ਜਾਂਦੇ ਹਾਂ, ਉਹੀ ਹੁਣ ਰੋਜ਼ ਰੋਜ਼ ਦਿਖਾ ਤਾਂ ਸਕਦੇ ਨਹੀਂ ਵੀ ਰੋਜ਼ ਰੋਜ਼ ਹੀ ਪਨੀਰੀ ਬੀਜਦੇ ਦਿਖਾਈ ਹੈ ਨਾ। ਬਹੁਤ ਦਿਨਾਂ ਬਾਅਦ ਮੈਨੂੰ ਲੱਗਦਾ ਘੱਟੋ ਘੱਟ ਮਹੀਨਾ ਡੇਢ ਮਹੀਨੇ ਹੋ ਚੱਲਿਆ ਕਿ ਲੁਧਿਆਣੇ ਦਾ ਗੇੜਾ ਅੱਜ ਲੱਗ ਰਿਹਾ ਆਪਣਾ ਸ਼ਹਿਰ ਤੋਂ, ਆਪਣਾ ਤੋਂ ਪਿੰਡ ਤੋਂ ਤਾਂ ਥੋੜ੍ਹੀ ਦੂਰ ਹੀ ਹੈ ਸ਼ਹਿਰ ਲੁਧਿਆਣਾ, ਅਤੇ ਗੇੜਾ ਲੱਗ ਰਿਹਾ ਕਿਉਂਕਿ ਇੱਕ ਫੋਨ ਦਾ ਗਾਰਡ ਟੁੱਟ ਗਿਆ, ਸਕਰੀਨ ਗਾਰਡ ਜੇ ਪਾਉਣਾ ਵਾ, ਅਤੇ ਫੋਨ ਦੀ ਲੈਮੀਨੇਸ਼ਨ ਜੀ ਲੈ ਗਈ ਉਹ ਕਰਵਾਉਣੀ ਆ, ਮੈਂ ਕਿਹਾ ਬਿਜਲੀ ਜੇ ਸੀਗੇ ਕਰਵਾ ਲਿਆ, ਇਹ ਕਰਵਾਉਣਾ ਮੇਰਾ ਹੈਗੀ ਆ ਸ਼ੌਪ ਇਹਨਾਂ ਦੀ ਕਿਪਸ ਮਾਰਕੀਟ, ਜਿੱਥੋਂ ਮੈਂ ਕੋਈ ਵੀ ਟੈਕ ਦਾ ਸਮਾਨ ਕੁਛ ਵੀ ਲੈਣਾ ਵਾ ਉਹ ਉੱਥੋਂ ਹੀ ਲੈਂਦਾ ਵਾ, ਕਿਪਸ ਮਾਰਕੀਟ ਤੋਂ ਜ਼ਿਆਦਾਤਰ ਮੈਂ ਉੱਥੋਂ ਹੀ ਲੈਂਦਾ, ਡਿਜੀਟਲ ਲਾਈਫ ਵਾਲੇ ਆ ਉਹਨਾਂ ਦੇ, ਉੱਥੇ ਚੱਲੇ ਹਾਂ। ਇੱਕ ਦੋ ਚੀਜ਼ਾਂ ਦਾ ਹੋਰ ਹੈਗਾ ਕੰਮ ਜੇ ਆਪਾਂ ਨੂੰ ਕਰਿਆ ਹੋਣਾ, ਇੱਕ ਤੁਹਾਨੂੰ ਉਹ ਦੱਸ ਦਿਖਾਉਂਦੇ ਹਾਂ ਕਿ ਮੇਰੀਆਂ ਫੇਵਰੇਟ ਚੀਜ਼ਾਂ ਖਾਣ ਵਾਲੀਆਂ, ਹੈ ਤਾਂ ਥੋੜ੍ਹੀਆਂ ਥੋੜ੍ਹੀਆਂ ਜਿਹੀਆਂ ਖਾਂਦੇ ਹੁੰਦੇ ਹਾਂ, ਕਿ ਜਾਣੀ ਕਿ ਜਦੋਂ ਲੁਧਿਆਣੇ ਜਾਣ ਲੱਗੇ ਸੀਗੇ ਪਹਿਲੀ ਵਾਰ, ਜਾਣੀ ਕਿ ਲੁਧਿਆਣੇ ਜਾਣ ਲੱਗੇ ਸੀ ਉਸ ਟਾਈਮ, ਸਭ ਤੋਂ ਪਹਿਲਾਂ ਜਾਣੀ ਕਿ ਉਹ ਜਿਹੜੀ ਚੀਜ਼ ਦਾ ਮੈਂ ਟੇਸਟ ਕਰਿਆ ਸੀਗਾ ਉਹ ਚੀਜ਼ਾਂ ਅੱਜ ਵੀ ਆਪਣੀ ਉਵੇਂ ਹੀ ਫੇਵਰੇਟ ਚੱਲੀਆਂ ਆ ਰਹੀਆਂ, ਉਹ ਕੈਪਸ ਮਾਰਕੀਟ 'ਚ ਮਿਲਦੀਆਂ ਨੇ। ਇੱਕ ਤਾਂ ਉਹ ਜਿਹਾ ਮੈਂ ਟੇਸਟ ਕਿਤੇ ਨਹੀਂ ਕੀਤਾ ਗ੍ਰੈਂਡ ਸਟੈਂਡ ਵਿੱਚ, ਅਤੇ ਇੱਕ ਉਹਨਾਂ ਦਾ ਹੀ ਹੌਟ ਡੋਗ, ਅਤੇ ਇੱਕ ਬੰਦਾ ਨਾ ਉਰੇ ਅੰਡਰ ਪਾਸ ਦੇ ਕੋਲ ਗੁਰਦੁਆਰਾ ਸਾਹਿਬ ਕੋਲ ਖੜਨ ਲੱਗਿਆ ਵਾ, ਉਹ ਬਣਾਉਂਦਾ ਵੀ ਬਹੁਤ ਵਧੀਆ, ਮੇਰੇ ਖਿਆਲ 'ਚ ਉਹ ਹੁੰਦਾ ਵੜਾ ਪਾਓ ਸ਼ਾਇਦ, ਮੈਨੂੰ ਤਾਂ ਵੜਾ ਪਾਈ ਕਹਿੰਦੇ, ਮੈਨੂੰ ਹਜੇ ਪਤਾ ਨਹੀਂ, ਜਾ ਕੇ ਦੱਸ ਦਿਓ ਬਈ। ਉਹ ਵੀ ਬੰਦਾ ਬਹੁਤ ਟੇਸਟੀ ਬਣਾਉਂਦਾ, ਉਹ ਵੀ ਆਪਣਾ ਫੇਵਰੇਟ ਹੋ ਗਿਆ। ਜਦੋਂ ਨਾ ਉਹ ਖਾਣ ਲੱਗੇ ਸੀਗੇ ਆਪਣਾ ਗ੍ਰਿਲ ਸੈਂਡਵਿਚ, ਉਸ ਟਾਈਮ ਉਹਦਾ ਪ੍ਰਾਈਜ਼ 30 ਰੁਪਏ ਸੀਗਾ, ਅਤੇ ਅੱਜ ਉਹ ਮੈਨੂੰ ਲੱਗਦਾ ਪਤਾ ਨਹੀਂ 120 ਦਾ ਵਾ, ਪਤਾ ਨਹੀਂ ਕਿੰਨੇ ਦਾ ਹੋਇਆ, ਕੰਪਲੀਟ ਹੋਣ ਲੱਗਿਆ ਵਾ। ਬਹੁਤ ਬਹੁਤ ਹੀ ਗੰਦਾ ਰਾਹ ਸੀ ਇਹਦੀ, ਕਿਸੇ ਨੇ ਸਾਰ ਨਹੀਂ ਪੁੱਛੀ, ਹੁਣ ਇਹ ਵਧੀਆ ਬਣਿਆ, ਜਾਣੀ ਸਿਰਫ 10 ਮਿੰਟ ਦਾ ਰਾਹ ਵਾ ਲੁਧਿਆਣੇ ਜਾਣ ਦਾ, ਜਾਣੀ ਕਿ ਸ਼ਹਿਰ ਜਾਣ ਪਹੁੰਚਣ ਦਾ ਜਿੱਥੇ ਤੱਕ ਜਾਣਾ, ਅਤੇ ਜਾਣ ਨੂੰ ਅੱਧਾ ਪੌਣਾ ਘੰਟਾ ਲੱਗ ਜਾਂਦਾ ਕਿਉਂਕਿ ਇੰਨਾ ਹੀ ਰਾਹ ਜ਼ਿਆਦਾ, ਇੰਨਾ ਰਾਹ ਜ਼ਿਆਦਾ ਰਾਹ ਖਰਾਬ ਸੀਗਾ, ਬਹੁਤ ਬੇਕਾਰ ਰਾਹ ਸੀ। ਬਲੌਗਰ ਤਾਂ ਹੈ ਨਹੀਂ ਗਾ ਵੀ ਤੁਹਾਨੂੰ ਉਹ ਦੱਸਣਾ, ਕਿ ਮੈਂ ਤਾਂ ਆਪਦੀ ਜਾਣੀ ਕਿ ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਹੈ ਮੈਂ ਤਾਂ ਉਹ ਦੱਸੂੰਗਾ ਕਿ ਹਾਂ ਆਹ ਚੀਜ਼ ਇੱਥੇ ਮੈਂ ਖਾ, ਲੁਧਿਆਣੇ ਦੀਆਂ ਕਾਫੀ ਚੀਜ਼ਾਂ ਨੇ ਜਿਹੜੀਆਂ ਮੈਨੂੰ ਵਧੀਆ ਲੱਗਦੀਆਂ ਕਿ ਉਹ ਹੋਰ ਕਿਤੇ ਨਹੀਂ ਮਿਲਦੀਆਂ ਹੈਗੀਆਂ, ਕਿਤੇ ਵੀ ਜਿੱਥੇ ਮਰਜ਼ੀ ਚੱਲ ਕਿਤੇ ਨਹੀਂ ਮਿਲਦੀਆਂ, ਉਹ ਸਿਰਫ ਲੁਧਿਆਣੇ ਹੀ ਮਿਲਦੀਆਂ। ਮੈਂ ਹੋਰ ਤਾਂ ਜ਼ਿਆਦਾ ਫਾਸਟ ਫੂਡ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦਾ, ਇੱਕ ਸਾਬੇ ਖਾ ਲੈਂਦਾ ਨਾ ਬਸ ਮੈਂ, ਜ਼ਿਆਦਾ ਤੋਂ ਜ਼ਿਆਦਾ ਜੇ ਖਾਣਾ ਬਰਗਰ ਨਹੀਂ ਆਪਾਂ ਲਾਈਕ ਕਰਦੇ ਬਿਲਕੁਲ ਵੀ, ਅਤੇ ਬਰਗਰ ਵਗੈਰਾ ਬਿਲਕੁਲ ਨਹੀਂ ਲਾਈਕ ਕਰਦਾ, ਅਤੇ ਹੋਰ ਵੀ ਫਾਸਟ ਫੂਡ ਨਹੀਂ ਆਪਾਂ, ਨਾ ਬਾਹਰਲੀ ਰੋਟੀ ਪਸੰਦ ਆ ਕਿ ਬਾਹਰ ਕਿਤੇ ਰੋਟੀ ਖਾਣੀ ਆ, ਉਹ ਵੀ ਨਹੀਂ ਆਪਾਂ ਨੂੰ ਬਿਲਕੁਲ, ਤਾਂ ਰੋਟੀ ਘਰ ਦੀ
ਲੁਧਿਆਣੇ ਆਵਾਂ ਮੈਂ ਜੇ ਦੋ ਤਿੰਨ ਪਾਸੇ ਆ ਨਾ ਕਿ ਜਿੱਧਰ ਨੂੰ ਜਾਵਾਂ ਉੱਧਰ ਉਹ ਚੀਜ਼ ਖਾ ਲਈਦੀ ਆ ਬਸ ਨਾ ਵਾਲੀ ਮਹਿੰਗੀ ਆ ਨਾ ਵਾਸਤਾ 100 ਦੀ ਆ 50 ਦੀ ਆ ਬਸ ਇਦੂ ਵੱਧ ਨਹੀਂ ਹੈਗੀਆਂ ਜਿਹੜੀਆਂ ਚੀਜ਼ਾਂ ਆਪਾਂ ਖਾਂਦੇ ਹਾਂ ਇੱਕ ਸਾਬੇ ਜ਼ਰੂਰ ਮਹਿੰਗਾ ਆਉਂਦਾ ਕਿ ਉਹ ਥੋੜ੍ਹਾ ਮਹਿੰਗਾ ਆਉਂਦਾ ਹੋਰ ਨਹੀਂ ਕੋਈ ਕਦੇ ਕਦਾਏ ਪੀਜ਼ਾ ਡੋਮੀਨੋਜ਼ ਦਾ ਆ ਹਜੇ ਰੋਡ ਰਹਿੰਦਾ ਹੀ ਇੰਨਾ ਯਾਰ ਇਹਨੇ ਬਹੁਤ ਦੁਖੀ ਕਰਿਆ ਰੋਡ ਜਿਹਨੇ ਇਹਨੇ ਅੱਜ ਅੱਧਾ ਫੁੱਟਪਾਥ ਬਣਿਆ ਨਾ ਵਿਚਾਲੇ ਜਦ ਤੋਂ ਇਹਨਾਂ ਨੇ ਸੱਤਿਆਨਾਥ ਵੜਤਾ ਨਹੀਂ ਪਹਿਲਾਂ ਇਹ ਬਹੁਤ ਵਧੀਆ ਰੋਡ ਸੀਗਾ ਸਿੰਗਲ ਰੋਡ ਸੀ ਜਦੋਂ ਪੂਰੀ ਵਧੀਆ ਗੱਡੀਆਂ ਲੰਘਦੀਆਂ ਸਭ ਕੁਛ ਹੁੰਦਾ ਸੀ ਅੱਜ ਅੱਧਾ ਫੁੱਟਪਾਥ ਬਣਾਤਾ ਇੱਕ ਰੋਡ ਤੰਗ ਹੋ ਗਿਆ ਇੱਕ ਇਹਦੇ ਅੰਦਰ ਉਹ ਸੀਵਰੇਜ ਕਿਪਸ ਮਾਰਕੀਟ ਹੁਣ ਤਾਂ ਬਹੁਤ ਸੋਹਣੀ ਬਣੀ ਹੋਈ ਆ ਮਾਰਕੀਟ ਪਹਿਲਾਂ ਇੰਨੀ ਪਾਰਕਿੰਗ ਪੂਰੀ ਜਗ੍ਹਾ ਵੀ ਨਹੀਂ ਸੀ ਅਤੇ ਹੁਣ ਤਾਂ ਪੂਰੀ ਵਧੀਆ ਇੱਕ ਹਾਲੇ ਨਹੀਂ ਸੀਗੀ ਆਪਾਂ ਡਾਟਾ ਕੇਬਲ ਲੈ ਲਈ ਬੂਟ ਦੀ ਯਾਨੀ ਕਿ ਚਾਰਜਿੰਗ ਕੇਬਲ ਆਈਫੋਨ ਦੀ ਅੱਜ ਸੰਡੇ ਆ ਅੱਜ ਪੂਰੀ ਭੀੜ ਅਤੇ ਰੌਣਕ ਪੂਰੀ ਅੱਜ ਆ ਗਿਆ ਵੀ ਆ ਗਿਆ ਬੜਾ ਪਵਨ ਇਹ ਲੇਟ ਆਉਂਦਾ ਯਾਰ 6 ਵਜੇ ਮੈਂ ਲੱਗਦਾ ਮੈਂ 5 ਵਜੇ ਤੋਂ ਪਹਿਲਾਂ ਆਇਆ ਹਾਂ ਇਹ 5 ਕੁ ਵਜੇ 5 ਤੋਂ ਬਾਅਦ ਹੀ ਆਉਂਦਾ ਇਹ ਆ ਬੜਾ ਪਵਨ ਖਾ ਕੇ ਦੇਖਿਓ ਇਹਦਾ ਆ ਗੁਰਦੁਆਰਾ ਸਾਹਿਬ ਕੋਲ ਖੜ੍ਹ ਦਿੰਦਾ ਗੁਰੂ ਨਾਨਕ ਪਬਲਿਕ ਸਕੂਲ ਇਹ 5 ਵਜੇ ਤੋਂ ਬਾਅਦ ਆਉਂਦਾ ਬੜਾ ਪਵਨ ਜਿਹੋ ਜਿਹਾ ਮਰਜ਼ੀ ਲੈ ਲਓ ਤਿੱਖਾ ਮਿੱਠਾ ਜਿੰਨੇ ਕੁ ਮਿਰਚ ਆਪਾਂ ਖਾ ਸਕਦੇ ਹਾਂ ਇੱਕ ਬੜਾ ਪਾਓ ਦੇਣੀ ਹੈ ਨੋਰਮਲ ਨੋਰਮਲ ਬਹੁਤ ਟੇਸਟੀ ਬਣਾਉਂਦਾ ਜਿਹੜਾ ਬੇਲ ਪੂਰੀ ਵੀ ਬਹੁਤ ਵਧੀਆ ਹੁੰਦੀ ਗੁਰੂ ਨਾਨਕ ਪਬਲਿਕ ਸਕੂਲ ਕੋਲ ਖੜ੍ਹਦਾ ਵਾ ਗੁਰਦੁਆਰਾ ਸਾਹਿਬ ਵੀ ਆ
ਜੇ ਮੇਰੇ ਕਿਸੇ ਦੀ ਨੇ ਖਾਣਾ ਆਵੇ ਤਾਂ ਖਾ ਕੇ ਜਾਇਆ ਜ਼ਰੂਰ ਟਰਾਈ ਕਰਿਓ ਬਹੁਤ ਵਧੀਆ ਬਣਾ ਲਓ ਜਦੋਂ ਨਾ ਇਹ ਸੈਂਡਵਿਚ ਬਣਾ ਜਾਣੀ ਕਿ ਖਾਂਦੇ ਹੁੰਦੇ ਸੀ ਜਦ ਤੋਂ ਖਾਣਾ ਸ਼ੁਰੂ ਕਰਿਆ ਉਦੋਂ ਇਕੱਲਾ 30 ਰੁਪਈਏ ਦਾ ਆਉਂਦਾ ਸੀ ਅਤੇ ਅੱਜ ਇਹਦੀ ਕੀਮਤ 150 ਰੁਪਏ ਆ ਬਹੁਤ ਟੇਸਟੀ ਹੁੰਦਾ ਯਾਰ ਬਹੁਤ ਟੇਸਟੀ ਕੋਈ ਵੀ ਵੀਰ ਆਊਗਾ ਇੱਥੇ ਟਰਾਈ ਕਰਕੇ ਦੇਖਿਓ ਇਹ ਜਿਹਾ ਕਿਤੇ ਨਹੀਂ ਬਣਦਾ ਆਪਣਾ ਬੜਾ ਪਾਓ ਵੀ ਆ ਗਿਆ ਕਿੰਨੇ ਰੁਪਏ ਹੋ ਗਏ ਯਾਰ ਇਹ ਆ ਗਿਆ ਬੜਾ ਪਾਓ ਅਤੇ ਲਾਲ ਹਰੀ ਮਿਰਚ ਇੰਨਾ ਕੁ ਟੇਸਟੀ ਲੱਗਦਾ 50 ਰੁਪਏ ਦਾ ਵੇ ਇਹ 50 ਰੁਪਏ ਦਾ ਇਹ 150 ਦਾ ਆਉਂਦਾ ਉਹ ਹੁਣ ਬਹੁਤ ਮਹਿੰਗਾ ਹੋ ਗਿਆ ਅਸੀਂ ਤਾਂ 30 ਰੁਪਏ ਤੋਂ ਸਟਾਰਟ ਕਰਿਆ ਸੀ ਉਹ ਖਾਣਾ ਜਦੋਂ ਖਾਂਦੇ ਹੁੰਦੇ ਪਹਿਲਾਂ ਆਉਂਦੇ ਹੁੰਦੇ ਸੀ ਸਕੂਲੇ ਪੜ੍ਹਦੇ ਸੀਗੇ ਅਤੇ ਆਹ ਵੀ ਪੂਰਾ ਸਿਰੇ ਦੀ ਚੀਜ਼ ਆ ਉਹ ਵੀ ਪੂਰੇ ਸਿਰੇ ਦੀ ਲਓ ਵੀ ਆਪਾਂ ਆ ਗਏ ਵਾਪਸ ਉੱਥੋਂ ਲੁਧਿਆਣੇ ਤੋਂ ਅਤੇ ਸਾਡਾ 14 ਪਿੰਡ ਨਗੀਨਾ ਦਾ ਬਾਜ਼ਾਰ ਭਿੰਡੀ ਇੱਥੇ ਜੋਧਾ ਹੀ ਵੇਚਣ ਲੱਗ ਗਏ ਕਿਉਂਕਿ ਜੋਧਾ ਵਿਕਣ ਲੱਗ ਗਈ ਆ ਭਿੰਡੀ ਵਧੀਆ ਰੇਟ ਹੁੰਦਾ ਹੁਣ ਇੱਥੇ ਤਾਂ ਕਰਕੇ ਉਰੀ ਵੇਚਦੀ ਤੀ ਹੁਣ ਸ਼ਹਿਰ ਜਾਣੀ ਬੰਦ ਕਰਤੀ ਲਿਫਾਫਿਆਂ 'ਚ ਪਾਉਣੀ ਵੀ ਬੰਦ ਕਰਤੀ ਹੁਣ ਪੱਲੇ ਬੰਨ ਕੇ ਇੱਥੇ ਬਸ ਭਿੰਡੀ ਲੈ ਆਈ ਦੀ ਆ ਹੁਣ ਆਪਾਂ ਬਿੱਲ ਫੜ ਲਈਏ ਭਿੰਡੀ ਦਾ ਕੀ ਹੋਇਆ ਫਿਰ ਚੱਲਦੇ ਹਾਂ ਫਾਰਮ ਵੱਲ ਨੂੰ ਪਹਿਲਾਂ ਨਾ ਜਦੋਂ ਅਸੀਂ ਸਾਰੇ ਯਾਰ ਦੋਸਤ ਇੱਥੇ ਹੀ ਹੁੰਦੇ ਸੀਗੇ ਅਤੇ ਹੁਣ ਤਾਂ 2-3 ਕਨੇਡਾ ਬੈਠੇ ਆ ਦੋ ਕੁ ਇੱਕ ਬੈਠਾ ਵਾ ਇੰਗਲੈਂਡ ਅਤੇ ਐਵੇਂ ਅੱਡੋ ਅੱਡ ਜਗ੍ਹਾ ਬੈਠੇ ਆ ਸਾਰੇ ਜਾਣੇ ਖਿੰਡ ਕੇ 3-4-5 ਜਾਣੇ ਹੁੰਦੇ ਸੀਗੇ ਅਸੀਂ 5 ਜਾਣਿਆਂ ਨੇ ਕੀ ਕਰਨਾ ਪੈਸੇ ਇਕੱਠੇ ਕਰਨੇ ਅਤੇ ਪੈਸੇ ਇਕੱਠੇ ਕਰਕੇ ਸਾਰਿਆਂ ਨੇ ਯਾਨੀ ਕਿ ਹਫ਼ਤੇ ਦੇ ਵਿੱਚ ਇੱਕ ਦਿਨ ਰੱਖਿਆ ਹੁੰਦਾ ਸੀ ਵੀ ਅੱਜ ਖਾਣ ਚੱਲਾਂਗੇ ਕਿਸੇ ਨੇ 50 ਪਾਉਣੇ ਕਿਸੇ ਨੇ ਜਿਹਦੇ ਕੋਲ ਜਿੰਨੇ ਹੋਣੇ ਉਨੇ ਪਾ ਲੈਣੇ ਕਿਸੇ ਨੇ 100 ਪਾ ਦੇਣਾ ਹੈ ਨਾ ਬਸ ਵੱਧ ਤੋਂ ਵੱਧ 300-400 ਦੇ ਵਿੱਚ ਪੂਰੀ ਵਧੀਆ ਪਾਰਟੀ ਕਰੇ ਆਉਂਦੇ ਹੁੰਦੇ ਸੀ ਬਹੁਤ ਵਧੀਆ ਦਿਨ ਸੀ ਆਹ ਉਦੋਂ ਖਾਂਦੇ ਹੁੰਦੇ ਸੀਗੇ ਸੈਂਡਵਿਚ ਅਸੀਂ ਬਹੁਤ ਖਾਧਾ ਕਿਉਂਕਿ ਇੱਕ ਹੁੰਦਾ ਸਸਤਾ ਸੀਗਾ ਕਿ ਨਾਲੇ ਖਾਇਆ ਆਉਣਾ ਨਾਲੇ ਢਿੱਡ ਭਰ ਜਾਣਾ ਨਾਲੇ ਗੇੜਾ ਦੇ ਆਉਣਾ ਆਰਾਮ ਨਾਲ ਮੂਵੀ ਮਾਵੀ ਦੇਖਣ ਜਾਣਾ ਤਾਂ ਮੂਵੀ ਦੇਖ ਕੇ ਸੈਂਡਵਿਚ ਇੱਥੇ ਖਾਣਾ ਜਾਂ ਪਹਿਲਾਂ ਖਾ ਜਾਣਾ ਭਿੰਡੀ ਦੀ ਕਟਾਈ ਕਰਨ ਲਈ ਆ ਲੇਬਰ ਬਸ ਤੋੜਨ ਵੀ ਲੱਗ ਹੀ ਜਾਣਾ ਹੁਣ ਪਰਸੋਂ ਨੂੰ ਤੋੜਾਂਗੇ ਪਹਿਲੀ ਵਾਰੀ ਆਪਾਂ ਇਹਦੀ ਉਹ ਗੁੱਡਿਆ ਵਾ ਦੇਖੋ ਪਾਣੀ ਨਾਲ ਨਾ ਪੀਲੀ ਹੋ ਗਈ ਇੱਥੇ ਪਾਣੀ ਖੜਦਾ ਵਾ ਪਾਣੀ ਖੜ ਕੇ ਪੀਲੀ ਹੋ ਜਾਂਦੀ ਹੈ ਕਈ ਜਗ੍ਹਾ ਤੋਂ ਇੰਨੀ ਕੁ ਜਗ੍ਹਾ ਆਹ ਹੋਈ ਇੰਨੀ ਕੁ ਜਗ੍ਹਾ ਇੱਧਰ ਹੋਈ ਆ ਬਾਕੀ ਤਾਂ ਚਲੋ ਠੀਕ ਹੁਣ ਇਹਨੂੰ ਪਾਣੀ ਛੇਤੀ ਨਹੀਂ ਲਾਉਣਾ ਹੁਣ ਠੀਕ ਆ ਘਾਹ ਤਾਂ ਹੈ ਨਹੀਂ ਇੰਨਾ ਮਾੜਾ ਮੋਟਾ ਜਿਹਾ ਹੀ ਆ ਉਹ ਕਿੱਲੇ 'ਚ ਸੀਗਾ ਥੋੜ੍ਹਾ ਜਿਹਾ ਘਾਹ ਹੋਇਆ ਨਹੀਂ ਮੋਟਰ 'ਤੇ ਪਨੀਰੀ ਬੀਜਾਂਗੇ ਉਹ ਕਿੱਲੇ 'ਚ ਹੱਥਾਂ ਵਾਲੀ ਪਨੀਰੀ 'ਚ ਬੀਜ ਦੇਣੀ ਆਪਾਂ ਇਹਦੀ ਕਢਾਈ ਕਰੀ ਆ ਹੁਣ ਇੱਕ ਕਢਾਈ ਹੋ ਜੂ ਬਸ ਫਿਰ ਮੁੜ ਕੇ ਭਿੰਡੀ ਨੇ ਆਪੇ ਫਿਰ ਨਹੀਂ ਕੁਛ ਹੋਣ ਦੇਣਾ ਕਿਉਂਕਿ ਫਿਰ ਛਾਂ ਹੋ ਜਾਣੀ ਆ ਫਿਰ ਭਿੰਡੀ ਭਾਰੀ ਹੋ ਜਾਣੀ ਦੱਬ ਲੈਣਾ ਭਿੰਡੀ ਨੇ ਸਾਰਾ ਕੁਛ ਹਜੇ ਤਾਂ ਰੇਟ ਥੋੜ੍ਹਾ ਠੀਕ ਆ ਜਿੰਨਾ ਟਾਈਮ ਰੇਟ ਸਹੀ ਚੱਲਦਾ ਉਨਾ ਚਿਰ ਜਿਹੜੀ ਪਹਿਲਾਂ ਵਾਲੀ ਬੀਜੀ ਉਹਨੂੰ ਤੋੜਾਂਗੇ ਜਦੋਂ ਰੇਟ ਘੱਟ ਗਿਆ
ਫਿਰ ਉਹ ਵੀ ਉਹਨਾਂ ਚੋਂ ਵਾਹ ਦੇਣੀ ਆ ਪੁਰਾਣੀ, ਇਹਨੂੰ ਰੱਖ ਲਾਂਗੇ। ਪਾਣੀ ਤਾਂ ਬਹੁਤ ਬੁਰਾ ਹਾਲ ਕਰਦਾ ਹਰ ਇੱਕ ਫਸਲ, ਕਿਉਂਕਿ ਆਪਣੀ 11-12 ਕਿੱਲੇ ਮੱਕੀ ਖਰਾਬ ਹੋ ਗਈ, ਜਾਣੀ ਕਿ ਜਿਹ 'ਚ ਪਾਣੀ ਉਹ ਨਾ ਮੀਂਹ ਹਟਿਆ ਨਹੀਂ ਸੀਗਾ, ਉਦੋਂ ਮੀਂਹ ਪੈਂਦੇ ਪੈਂਦੇ ਜੀ ਮੱਕੀ ਬੀਜੀ ਸੀ ਕਿੱਲੇ 'ਚ, ਅਤੇ ਉਹ ਖੱਤਾ ਲੇਜ਼ਰ ਲਾ ਤਾ ਸੀ, ਲੇਜ਼ਰ ਲਾ ਕੇ ਹੋ ਗਿਆ ਟਾਇਰ ਥੱਲਿਓਂ, ਉਹ ਪਾਣੀ ਨਹੀਂ ਸੁੱਕਦਾ, ਪਾਣੀ ਖੜ੍ਹਾ ਰਹਿੰਦਾ, ਪਾਣੀ ਖੜ ਖੜ ਕੇ ਉਹ ਸੁੱਕੀ ਜਾਂਦੀ ਆ ਮੱਕੀ, ਅਤੇ ਉਹਦੇ ਕਰਕੇ ਹੁਣ ਉਹ ਛੇਤੀ ਵੱਢ ਦੇਣੀ ਆ, ਉਹ ਪਕਾਉਣੀ ਨਹੀਂ ਹੈਗੀ। ਆਹ ਦੇਖੋ ਇੱਥੇ ਆਪਣੀ ਰੱਖੀ ਸੀ ਇੱਥੋਂ, ਅਤੇ ਲਵਾ ਇੰਨਾ ਫਰਕ ਇੱਥੋਂ ਇੱਥੇ ਤੱਕ ਸੀਗਾ ਖਾਲੀ ਪਿਆ ਖੱਤਾ ਇੱਥੇ ਤੱਕ, ਇੱਥੋਂ ਇੱਧਰ ਇੱਧਰ ਪਰਾਲੀ ਪਈ ਸੀ ਇੱਥੋਂ ਅਤੇ ਉੱਥੇ ਤੱਕ ਵਾਲੀ ਜਗ੍ਹਾ 'ਚ, ਅਤੇ ਨਾਲੇ ਪਰਾਲੀ ਜਿੱਥੇ ਪਈ ਸੀ ਆਪਾਂ ਪਲਾਓ ਫੇਰ ਕੇ ਨਾ ਉਹਦੇ ਉੱਤੇ, ਜਾਣੀ ਕਿ ਸੁਭਾਗਾ ਨਹੀਂ ਦਿੱਤਾ, ਉਵੇਂ ਰੱਖਤੀ ਸੀ ਪਰਾਲੀ, ਪਲਾਓ ਫੇਰਿਆ ਸੀ ਆਲੂਆਂ ਦੇ ਮੂਹਰੇ, ਅਤੇ ਉਹ ਪਰਾਲੀ ਨੇ ਹੀ ਇੰਨਾ ਖੱਤੇ ਨੂੰ ਟਾਈਟ ਕਰਤਾ ਕਿ ਹੁਣ ਆਪਾਂ ਹੁਣ ਕੁਛ ਕਰਿਆ, ਅਤੇ ਇੱਥੇ ਪਾਣੀ ਸੁੱਕਦਾ ਹੀ ਨਹੀਂ ਹੈਗਾ ਇੰਨੀ ਜਗ੍ਹਾ 'ਚ, ਆਹ ਦੇਖ ਲਓ ਕਿੰਨਾ ਡਿਫਰੈਂਟ ਆ, ਉਹ ਕਿੱਡੀ ਭਿੰਡੀ ਖੜ੍ਹੀ ਆ ਅਤੇ ਅੱਜ ਇੱਥੇ ਪਾਣੀ ਖੜ੍ਹਦਾ, ਅਤੇ ਇਹ ਜੀ ਬਹੁਤ ਗੌਰ ਨਾਲ ਪਾਣੀ ਲਾ ਰਹੇ ਹਾਂ ਇਹਨੂੰ ਕਿ ਵੀ ਘੱਟ ਤੋਂ ਘੱਟ ਪਾਣੀ ਲੱਗੇ, ਪਰ ਫਿਰ ਵੀ ਇਹ ਦਾਅ ਮੰਨੀ ਜਾਂਦਾ, ਜਦੋਂ ਝੋਨਾ ਲਾਉਣ ਲੱਗ ਗਏ ਇਹਨੂੰ ਇੰਨੇ ਕੁ ਨੂੰ ਵਾਹ ਹੀ ਦੇਣਾ, ਝੋਨਾ ਹੀ ਲਾ ਦੇਣਾ, ਅੱਧਾ ਕੁ ਕਿੱਲਾ ਬਣਨਾ, ਇੱਥੇ ਤੱਕ ਵਾਹ ਹੀ ਦੇਣਾ, ਇੱਥੇ ਤੱਕ ਵਾਹ ਦਾਂਗੇ ਆਹ ਵੱਟਾਂ ਤੱਕ, ਇੱਥੇ ਤੱਕ ਦੇਖ ਲਓ ਇੰਨਾ ਫਰਕ ਆ, ਜਾਣੀ ਕਿ ਇਹ ਭਿੰਡੀ ਵਧਣ 'ਚ ਨਹੀਂ ਆਉਂਦੀ, ਭਿੰਡੀ ਲੱਗ ਗਈ ਆ ਅਤੇ ਪਰ ਇਹ ਵਧਣ 'ਚ ਨਹੀਂ ਆਉਂਦੀ, ਪਾਣੀ ਦੀ ਦਾਅ ਵੀ ਆਈ ਜਾਂਦੀ ਇਹਨੂੰ, ਪਾਣੀ ਤਾਂ ਇੰਨਾ ਹਰ ਇੱਕ ਫਸਲ ਲਈ ਜਾਣੀ ਕਿ ਪਾਣੀ ਉਹ ਆ ਜੇ ਜ਼ਿਆਦਾ ਲੱਗਦਾ, ਕਿਉਂਕਿ ਆਹ ਦੇਖੋ ਉਦੂ ਗਾਹਾਂ ਵਾਲੀ ਭਿੰਡੀ ਕਿੱਡੀ 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 ਹੋ ਗਈ ਆ, ਜਿੱਥੇ ਤੱਕ ਮੱਕੀ ਜਾਣੀ ਕਿ ਟਰੈਕਟਰ ਚੱਲਦੇ ਰਹੇ ਆ ਇੱਥੇ ਤੱਕ ਟਰੈਕਟਰ ਘੁੰਮਦੇ ਸੀ, ਬਸ ਇੰਨਾ ਟਾਇਟ ਹੋ ਗਿਆ ਅਤੇ ਪਾਣੀ ਸੁੱਕਣੋਂ ਹਟ ਗਿਆ। ਆ ਉਦੂ ਗਾਹਾਂ ਵਾਲਾ ਆਲੂਆਂ ਵਾਲਾ ਸੀਗਾ ਪਟਾ, ਇਹ 'ਚ ਕੋਈ ਦਿੱਕਤ ਹੀ ਨਹੀਂ ਹੈਗੀ, ਇਹ ਪੂਰੀ ਵਧੀਆ ਭਿੰਡੀ ਪੂਰੀ ਵੱਡੀ ਖੜ੍ਹੀ ਆ, ਭਿੰਡੀ 19 ਜਗ੍ਹਾ 'ਚ ਹੀ ਆ, ਫੁੱਲ ਆਉਣ ਲੱਗ ਗਿਆ ਆ ਗਿਆ, ਭਿੰਡੀ ਲੱਗੀ ਵੀ ਹੋਈ ਆ ਕਾਫੀ, ਅਤੇ ਪਰਸੋਂ ਨੂੰ ਤੋੜਾਂਗੇ ਪਰਸੋਂ ਵਾਲੀ ਵਾਰੀ 'ਚ, ਇਹ ਕਿੱਲਾ ਗੁੱਡਿਆ ਗਿਆ ਵਾ, ਦੋ ਦਿਨ ਲੱਗ ਗਏ 8-8 ਬੁੜੀਆਂ ਦੇ, ਦੋ ਦਿਨ ਜਾਣੀ ਕਿ ਪੂਰੇ ਲੱਗ ਗਏ 8-8 ਬੁੜੀਆਂ ਕਿੱਲੇ 'ਚ, ਇੰਨਾ ਟਾਈਮ ਲੱਗ ਗਿਆ ਉਹਦਾ, ਪਰ ਗੜਾਈ ਵਧੀਆ ਕਰਦੀਆਂ ਐਨ, ਖੁਰਪਾ ਸਾਰੀ ਜਗ੍ਹਾ 'ਚ ਫੇਰਦੀਆਂ, ਕੋਈ ਜਗ੍ਹਾ ਛੱਡੀ ਨਹੀਂ ਵੀ ਜਿੱਥੇ ਖੁਰਪਾ ਨਾ ਫੇਰਿਆ। ਇਹ ਦਰਖਤ ਬਹੁਤ ਵਧੀਆ ਲੱਗਦਾ ਮੈਨੂੰ, ਬਾਕੀ ਆਪਣਾ ਕਟਰ ਵੀ ਬਸ ਆਉਣ ਵਾਲਾ ਹੀ ਆ, ਮੈਨੂੰ ਲੱਗਦਾ 1-2 ਦਿਨਾਂ 'ਚ ਕਹਿੰਦੇ ਹੀ ਦੇ ਦਾਂਗੇ, ਮਸ਼ੀਨ ਦਾ ਸਮਾਨ ਵੀ ਆ ਗਿਆ, ਇੱਕ ਪੁਲੀ ਨਹੀਂ ਆਈ ਹੈਗੀ, ਬਾਕੀ ਆ ਗਿਆ ਉੱਥੇ ਜਗਰਾਓਂ ਏਜੰਸੀ 'ਚ, ਉਹ ਵੀ ਲੈ ਕੇ ਆਉਂਦੇ ਹਾਂ ਕੱਲ੍ਹ ਨੂੰ ਜਾ ਕੇ, ਅਤੇ ਦੇਖਦੇ ਹਾਂ ਹੁਣ ਚੱਲਦੇ ਹਾਂ ਘਰੇ ਆਪਾਂ। ਪਨੀਰੀ ਹਰੀ ਹੋ ਗਈ ਵਧੀਆ, ਜਿਵੇਂ ਜਿਵੇਂ ਹਰੀ ਹੁੰਦੀ ਹੈ ਤਾਂ ਉਵੇਂ ਉਵੇਂ ਮੈਟ ਚੱਕੀ ਜਾਂਦੇ ਹਾਂ ਗਾਹਾਂ ਦੀ ਗਾਹਾਂ, ਅਤੇ ਹੁਣ ਉੱਧਰ ਦੂਜੇ ਪਾਸੇ ਬੀਜਣ ਲੱਗਿਆ, ਆਹ ਲੈਣ ਪੂਰੀ ਹੋ ਗਈ ਉੱਥੇ ਤੱਕ, ਅੱਜ ਸਾਲੇ ਪਹਿਲਾਂ ਹੀ ਮੈਟ ਚੱਕ ਗਏ, ਕਿਹਾ ਹੈ ਨਹੀਂ ਗਾ ਮੈਂ ਚੱਕਣ ਨੂੰ ਮੈਟ, ਬਿਨਾਂ ਹਰੇ ਹੋਣ ਤੋਂ ਹੀ ਮੈਟ ਚੱਕ ਗਏ, ਹੁਣ ਇਹ ਤਾਂ ਦੁਬਾਰਾ ਦੇਣੇ ਪੈਣੇ ਆ ਕਿਉਂਕਿ ਰਾਤ ਨੂੰ ਅੱਜ ਮੀਂਹ ਦਿਖਾਉਂਦਾ ਵਾ। ਉਹ ਬੀਜ ਆਦੇ ਹਰਾ ਹੋਇਆ ਹੋ ਜਾਂ ਐ ਹੋਊਗਾ, ਨਹੀਂ ਜਾਂ ਪਤਾ ਕੀ ਹੋਣਾ ਉਹਦੇ ਤੇ ਬੋਰੀ ਹੋਣੀ ਆ ਦੂਜੀ ਸੇਬੇ ਵਾਲੀ, ਉਹਦੇ ਵਿੱਚ ਦੀ ਹਵਾ ਜ਼ਿਆਦਾ ਲੱਗ ਜਾ। ਕਿਹੜਾ ਤੱਪੜ? ਇਹਦੇ ਵਿੱਚ ਦੀਆਂ ਤੂਈਆਂ ਨਿਕਲੀਆਂ, ਉਹ ਤਾਂ ਉਹ ਗਾਹਾਂ ਸੀ। ਮੈਂ ਸਾਲੇ ਮੋਟੂ ਨੂੰ ਕਿਹਾ